ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੀਏਸ਼ਨ ਯੂਟਿਊਬ ਚੈਨਲ 'ਤੇ। ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਮੇਰੇ ਸਰਬ ਕ੍ਰੀਏਸ਼ਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਅਤੇ ਬੈੱਲ ਆਈਕਨ ਪ੍ਰੈੱਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ। ਅਤੇ ਜਿਹੜੀ ਆਪਣੀ ਅੱਜ ਦੀ ਵੀਡੀਓ ਆ, ਇਹ ਇੱਕ ਮੈਂ ਲੇਡੀਜ਼ ਕਾਰਡੀਗਨ ਬਣਾ ਰਹੀ ਹਾਂ, ਜੈਕਟ ਬਣਾ ਰਹੀ ਹਾਂ, ਜੋ ਸਟੈਪ ਬਾਏ ਸਟੈਪ ਸਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ, ਜਿਹੜੇ ਇਹਦੇ ਵਿੱਚ ਕਿੰਨੇ ਕੁੰਡੇ ਮੈਂ ਪਾਏ ਹੋਏ ਆ ਅਤੇ ਜਿਹੜੀ ਇਹਦੀ ਲੰਬਾਈ ਚੌੜਾਈ ਕਿਹੜੇ ਸਾਈਜ਼ ਲਈ ਆਪਾਂ ਇੰਨੇ ਕੁੰਡੇ ਪਾ ਸਕਦੇ ਹਾਂ, ਮੋਢਿਆਂ ਦੀ ਲੰਬਾਈ ਕਿੰਨੀ ਹੈ, ਇਹ ਸਾਰਾ ਕੁਛ ਮੈਂ ਤੁਹਾਨੂੰ ਦੱਸੂੰਗੀ। ਇਹ ਜਿਹੜਾ ਇਹਦਾ ਪਿਛਲਾ ਹਿੱਸਾ, ਇਹਦੀ ਬੁਣਾਈ ਮੈਂ ਕਰ ਲਈ ਹੈ ਅਤੇ ਹੁਣ ਜਿਹੜੇ ਇਹਦੇ ਅਗਲੇ ਹਿੱਸੇ ਆ ਉਹ ਇੱਥੇ ਮੈਂ ਸੈੱਟ ਕੀਤੇ ਹੋਏ ਆ। ਅੱਜ ਸਿਰਫ ਮੈਂ ਤੁਹਾਨੂੰ ਜਿਹੜਾ ਮੈਂ ਇਹਦੇ 'ਤੇ ਡਿਜ਼ਾਇਨ ਬਣਾ ਰਹੀ ਹਾਂ ਇਹ ਡਿਜ਼ਾਇਨ ਬਣਾ ਕੇ ਦੱਸੂੰਗੀ। ਫਿਰ ਨੈਕਸਟ ਵੀਡੀਓ ਵਿੱਚ ਆਪਾਂ ਮੈਂ ਤੁਹਾਨੂੰ ਦੱਸੂੰਗੀ ਵੀ ਜਿਹੜੇ ਕਿੰਨੇ ਕੁੰਡੇ ਪਾਏ ਆ ਅਤੇ ਕਿੰਨੇ ਕੁੰਡੇ ਮੈਂ ਦੋਨਾਂ ਅਗਲੇ ਹਿੱਸਿਆਂ 'ਤੇ ਸੈੱਟ ਕੀਤੇ। ਸਾਰੀ ਸਟੈਪ ਬਾਏ ਸਟੈਪ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ ਅਤੇ ਅੱਜ ਜਿਹੜਾ ਸਿਰਫ ਮੈਂ ਤੁਹਾਡੇ ਲਈ ਇਹ ਡਿਜ਼ਾਇਨ ਤੁਹਾਨੂੰ ਬਣਾ ਕੇ ਦੱਸੂੰਗੀ। ਦੇਖੋ ਕਿੰਨਾ ਸੋਹਣਾ ਡਿਜ਼ਾਇਨ ਹੈ, ਇਹ ਕਿਸੇ ਵੀ ਕਲਰ 'ਚ ਤੁਸੀਂ ਇਸ ਨੂੰ ਬਣਾ ਸਕਦੇ ਹੋ ਅਤੇ ਬੁਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਇਨ ਆ ਬਹੁਤ ਹੀ ਜ਼ਿਆਦਾ ਆਸਾਨ ਹੈ, ਬਹੁਤ ਆਸਾਨੀ ਨਾਲ ਤੁਸੀਂ ਇਹਨੂੰ ਬਣਾ ਲਓਗੇ। ਇਸ ਡਿਜ਼ਾਇਨ ਨੂੰ ਬਣਾਉਣ ਵਾਸਤੇ ਆਪਾਂ 7 ਦੇ ਮਲਟੀਪਲ 2 ਕੁੰਡੇ ਵਾਧੂ ਲਵਾਂਗੇ ਤਾਂ ਜਿਹੜਾ ਆਪਣਾ ਡਿਜ਼ਾਇਨ ਇਹ ਸੈੱਟ ਹੋ ਜਾਂਦਾ ਹੈ। ਜਿਵੇਂ ਇੱਧਰਲੀ ਸਾਈਡ 'ਤੇ ਮੈਂ ਇਹ ਡਿਜ਼ਾਇਨ ਬਣਾਇਆ ਅਤੇ ਥੋੜ੍ਹਾ ਜਿਹਾ ਇੱਧਰ ਬਣਾਇਆ ਹੋਇਆ, 2 ਵਾਰ ਡਿਜ਼ਾਇਨ ਰਿਪੀਟ ਕੀਤਾ, ਤੀਸਰੀ ਵਾਰ ਡਿਜ਼ਾਇਨ ਮੈਂ ਤੁਹਾਡੇ ਨਾਲ ਸਾਂਝਾ ਕਰੂੰਗੀ। ਹੁਣ 2 ਵਾਰ ਡਿਜ਼ਾਇਨ ਮੈਂ ਇੱਥੇ ਪਾ ਚੁੱਕੀ ਹਾਂ, ਤੀਸਰੀ ਵਾਰ ਡਿਜ਼ਾਇਨ ਨੂੰ ਬਣਾਉਣ ਲੱਗੀ ਹਾਂ ਤਾਂ ਤੁਹਾਡੇ ਨਾਲ ਸਾਂਝਾ ਕਰੂੰਗੀ। 7 ਦੇ ਮਲਟੀਪਲ 2 ਕੁੰਡੇ ਆਪਾਂ ਵਾਧੂ ਰੱਖਣੇ ਇਸ ਡਿਜ਼ਾਇਨ ਨੂੰ ਬਣਾਉਣ ਵਾਸਤੇ। ਜਿੰਨੇ ਵੀ ਮਤਲਬ ਆਪਣੇ ਕੋਲ ਕੁੰਡੇ ਹੋਣਗੇ ਆਪਾਂ ਉਹਨਾਂ ਨੂੰ ਇਸ ਤਰ੍ਹਾਂ ਦੇਖ ਲੈਣਾ, 7 7 7 7 ਅਤੇ ਲਾਸਟ 'ਤੇ ਆਪਣੇ 2 ਕੁੰਡੇ ਵਾਧੂ ਹੋਣੇ ਚਾਹੀਦੇ ਆ। ਇੱਥੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦੀ ਹਾਂ, ਜਿਹੜੇ ਬੈਕ ਸਾਈਡ ਹੈ ਆਪਣੀ ਕਾਰਡੀਗਨ ਦੀ ਇਹ 'ਤੇ ਮੈਂ 80 ਕੁੰਡੇ ਪਾਏ ਆ। ਫਿਰ ਇਹ ਆਪਣੀ ਫਰੰਟ ਸਾਈਡ ਹੈ, ਲੈਫਟ ਸਾਈਡ ਅਤੇ ਰਾਈਟ ਸਾਈਡ 40 40 ਕੁੰਡੇ ਮੈਂ ਇਹਨਾਂ 'ਤੇ ਪਾਏ ਆ ਅਤੇ 10 10 ਰੱਖਿਆ ਬਟਨ ਪੱਟੀ ਵਾਸਤੇ, 50 50 ਕੁੰਡੇ ਹੋ ਗਏ। ਅਤੇ ਉੱਪਰ ਮੈਂ ਜਿਹੜੇ ਡਿਜ਼ਾਇਨ ਨੂੰ ਸੈੱਟ ਕਰਨ ਵਾਸਤੇ ਥੋੜ੍ਹੇ ਜਿਹੇ ਕੁੰਡੇ ਵਧਾਏ ਆ, 7 ਦੇ ਮਲਟੀਪਲ 2 ਕੁੰਡੇ ਆਪਾਂ ਵਾਧੂ ਲੈਣੇ ਆ ਤਾਂ ਇੱਥੇ ਮੈਂ ਜਿਹੜੇ ਕਿੰਨੇ ਕੁੰਡੇ ਵਧਾਏ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਇੱਥੇ ਮੇਰੇ ਕੋਲ 50 ਕੁੰਡੇ ਆ, ਨੀਚੇ 10 ਕੁੰਡੇ ਬਟਨ ਪੱਟੀ ਦੇ ਅਤੇ 40 ਕੁੰਡੇ ਆਪਣੇ ਬਾਰਡਰ ਵਾਲੇ ਆ ਅਤੇ ਉੱਪਰ ਡਿਜ਼ਾਇਨ ਨੂੰ ਸੈੱਟ ਕਰਨ ਵਾਸਤੇ ਮੈਂ 4 ਕੁੰਡੇ ਹੋਰ ਵਧਾਏ ਆ ਅਤੇ 10 ਕੁੰਡੇ ਆਪਣੇ ਕੋਲ ਬਟਨ ਪੱਟੀ ਦੇ। ਅਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਡਿਜ਼ਾਇਨ ਨੂੰ ਬਣਾਉਣਾ। ਸਿੱਧੇ ਪਾਸੇ ਤੋਂ ਆਪਣਾ ਡਿਜ਼ਾਇਨ ਸ਼ੁਰੂ ਹੁੰਦਾ ਤਾਂ ਪਹਿਲਾਂ ਆਪਾਂ 2 ਕੁੰਡੇ ਬਣਾਵਾਂਗੇ ਉਲਟੇ, 5 ਕੁੰਡੇ ਬਣਾਵਾਂਗੇ ਸਿੱਧੇ, 1 2 3 4 5 ਇਸ ਤਰ੍ਹਾਂ, ਫਿਰ 2 ਕੁੰਡੇ ਉਲਟੇ 1 2, ਫਿਰ 5 ਕੁੰਡੇ ਸਿੱਧੇ 1
ਦੋ ਤਿੰਨ ਚਾਰ ਪੰਜ, ਫਿਰ ਦੋ ਕੁੰਡੇ ਉਲਟੇ। ਪਹਿਲੀ ਸਿਲਾਈ ਸਾਰੀ ਆਪਾਂ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ, ਦੋ ਉਲਟੇ ਪੰਜ ਸਿੱਧੇ, ਦੋ ਉਲਟੇ ਪੰਜ ਸਿੱਧੇ। ਅਤੇ ਜਿਹੜੇ ਬਟਨ ਪੱਟੀ ਵਾਲੇ ਕੁੰਡੇ ਆ ਉਹ ਮੈਂ ਜਿਵੇਂ ਬਟਨ ਪੱਟੀ ਦੀ ਬਣਾਈ ਕਰਦੀ ਆ ਰਹੀ ਹਾਂ ਉਸੇ ਤਰ੍ਹਾਂ ਮੈਂ ਬਣਾ ਕੇ ਕੰਪਲੀਟ ਕਰੂੰਗੀ। ਪਹਿਲਾਂ ਆਪਾਂ ਇੱਕ ਸਿਲਾਈ ਇਹ ਕੰਪਲੀਟ ਕਰ ਲੈਂਦੇ ਹਾਂ ਸਿੱਧੇ ਪਾਸੇ ਤੋਂ, ਫਿਰ ਆਪਾਂ ਉਲਟੇ ਪਾਸੇ 'ਤੇ ਆਵਾਂਗੇ। ਲਓ ਜੀ, ਪਹਿਲੀ ਸਿਲਾਈ ਆਪਣੇ ਡਿਜ਼ਾਇਨ ਦੀ ਕੰਪਲੀਟ ਹੋ ਗਈ। ਇਸ ਤਰ੍ਹਾਂ ਦੋ ਉਲਟੇ ਪੰਜ ਸਿੱਧੇ, ਦੋ ਉਲਟੇ ਪੰਜ ਸਿੱਧੇ, ਦੋ ਉਲਟੇ ਪੰਜ ਸਿੱਧੇ, ਇਹੀ ਸੱਤ ਸੱਤ ਕੁੰਡਿਆਂ ਦਾ ਡਿਜ਼ਾਇਨ ਆਪਾਂ ਪਹਿਲੀ ਸਿਲਾਈ 'ਤੇ ਕੰਪਲੀਟ ਕਰਨਾ। ਉਸ ਤੋਂ ਬਾਅਦ ਜਿਹੜਾ ਇੱਕ ਕੁੰਡਾ ਮੈਂ ਇਸ ਤਰ੍ਹਾਂ ਰੱਖਿਆ ਹੋਇਆ, ਇਹ ਆਪਣੀ ਇਸ ਤਰ੍ਹਾਂ ਫਲੀ ਕਹਿ ਲਓ ਇਸ ਤਰ੍ਹਾਂ ਬਣਦੀ ਆ ਰਹੀ ਹੈ, ਤਾਂ ਇਹਨੂੰ ਮੈਂ ਇਸ ਤਰ੍ਹਾਂ ਸਲਿੱਪ ਕਰੂੰਗੀ। ਠੀਕ ਹੈ, ਅੱਗੇ ਆਪਣੀ ਬਟਨ ਪੱਟੀ ਹੈ, ਦਸ ਕੁੰਡੇ ਬਟਨ ਪੱਟੀ ਦੀ, ਮੈਂ ਦੋਨਾਂ ਸਾਈਡਾਂ ਤੋਂ ਸਿੱਧੀ ਬੁਣਾਈ ਕਰਦੀ ਆ ਰਹੀ ਹਾਂ, ਤਾਂ ਉਲਟੀਆਂ ਲੈਣਾ ਬਣ ਕੇ ਆ ਜਾਂਦਾ। ਹੁਣ ਆ ਗਿਆ ਆਪਾਂ ਉਲਟੀ ਸਿਲਾਈ 'ਤੇ, ਉਲਟੀ ਸਿਲਾਈ 'ਤੇ ਪਹਿਲਾਂ ਆਪਾਂ ਬਟਨ ਪੱਟੀ ਵਾਲੇ ਕੁੰਡਿਆਂ ਦੀ ਬੁਣਾਈ ਕਰ ਲੈਣੀ ਹੈ। ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ, ਦਸ ਕੁੰਡੇ ਹੋ ਗਏ ਬਟਨ ਪੱਟੀ ਵਾਲੇ। ਥਰੈਡ ਕਰਾਂਗੇ ਅੱਗੇ, ਇਹ ਜਿਹੜਾ ਕੁੰਡਾ ਉੱਧਰ ਸਲਿੱਪ ਕੀਤਾ ਇੱਧਰ ਆਪਾਂ ਇਹਨੂੰ ਉਲਟਾ ਬਣਾ ਲੈਣਾ ਇਸ ਤਰ੍ਹਾਂ। ਤਾਂ ਹੁਣ ਆਪਾਂ ਅੱਗੇ ਡਿਜ਼ਾਇਨ ਦੀ ਦੂਸਰੀ ਸਿਲਾਈ ਆ ਗਈ ਉਲਟ ਪਾਸੇ ਤੋਂ, ਜਿਹੜੇ ਪੰਜ ਕੁੰਡੇ ਆਪਣੇ ਉੱਧਰ ਸਿੱਧੇ ਆ ਰਹੇ ਆ ਸਿੱਧੇ ਬਣਾਉਣੇ ਆਪਾਂ, ਇੱਧਰ ਉਲਟੇ ਬਣਾਵਾਂਗੇ। ਜਿਹੜੇ ਦੋ ਕੁੰਡੇ ਇੱਧਰ ਉਲਟੇ ਬਣਾਉਣੇ ਆਪਾਂ ਇੱਧਰ ਸਿੱਧੇ ਬਣਾਵਾਂਗੇ, ਤਾਂ ਪੰਜ ਕੁੰਡੇ ਆਪਣੇ ਪੰਜ ਉਲਟੇ ਦੋ ਸਿੱਧੇ। ਇਸ ਤਰ੍ਹਾਂ ਸਾਰੀ ਸਿਲਾਈ ਕੰਪਲੀਟ ਕਰ ਲੈਣੀ ਆਪਾਂ। ਦੂਸਰੀ ਸਿਲਾਈ ਆ ਪੰਜ ਉਲਟੇ ਦੋ ਸਿੱਧੇ। ਇਸ ਤਰ੍ਹਾਂ ਸਾਰੀ ਸਿਲਾਈ ਆਪਾਂ ਬਣਾ ਕੇ ਕੰਪਲੀਟ ਕਰਾਂਗੇ। ਦੋ ਸਿਲਾਈਆਂ ਆਪਣੇ ਡਿਜ਼ਾਇਨ ਦੀਆਂ ਕੰਪਲੀਟ ਹੋ ਗਈਆਂ। ਤੀਸਰੀ ਸਿਲਾਈ ਆਪਾਂ ਪਹਿਲੀ ਸਿਲਾਈ ਦੀ ਤਰ੍ਹਾਂ ਬਣਾਉਣੀ ਹੈ, ਦੋ ਉਲਟੇ ਪੰਜ ਸਿੱਧੇ ਦੋ ਉਲਟੇ। ਚੌਥੀ ਸਿਲਾਈ ਦੂਸਰੀ ਸਿਲਾਈ ਦੀ ਤਰ੍ਹਾਂ ਬਣਾਉਣੀ ਹੈ, ਦੋ ਸਿੱਧੇ ਉਲਟ ਪਾਸੇ ਤੋਂ ਪੰਜ ਉਲਟੇ। ਇਸ ਤਰ੍ਹਾਂ ਆਪਾਂ ਚਾਰ ਸਿਲਾਈਆਂ ਆਪਣੀਆਂ ਕੰਪਲੀਟ ਹੋ ਜਾਣੀਆਂ। ਤੀਸਰੀ ਅਤੇ ਚੌਥੀ ਸਿਲਾਈ ਬਣਾ ਕੇ ਮੈਂ ਕੰਪਲੀਟ ਕਰਦੀ ਹਾਂ। ਲਓ ਜੀ, ਚਾਰ ਸਿਲਾਈਆਂ ਆਪਾਂ ਡਿਜ਼ਾਇਨ ਦੀਆਂ ਕੰਪਲੀਟ ਕਰ ਲਵਾਂ। ਹੁਣ ਪੰਜਵੀਂ ਸਿਲਾਈ ਆ ਗਈ ਆਪਣੀ, ਪੰਜਵੀਂ ਸਿਲਾਈ ਆਪਾਂ ਜਿਹੜੇ ਕੁੰਡੇ ਦੋ ਉਲਟੇ ਬਣਾਉਂਦੇ ਆ ਰਹੇ ਹਾਂ ਪਹਿਲਾਂ ਉਹ ਆਪਾਂ ਬਣਾਵਾਂਗੇ ਉਲਟੇ। ਇਸ ਤਰ੍ਹਾਂ ਇੱਕ ਦੋ, ਦੋ ਕੁੰਡੇ ਉਲਟੇ ਬਣਾਉਣ ਤੋਂ ਬਾਅਦ ਹੁਣ ਆਪਾਂ ਇੱਥੇ ਜਾਲੀ ਬਣਾਵਾਂਗੇ, ਸਿਲਾਈ 'ਤੇ ਥਰਿੱਡ ਘੁਮਾ ਕੇ ਇਸ ਤਰ੍ਹਾਂ ਅੱਗੇ ਲੈ ਆਉਣਾ। ਠੀਕ ਹੈ, ਫਿਰ ਆਪਾਂ ਜਿਹੜੇ ਆਪਣੇ ਪੰਜ ਕੁੰਡੇ ਆ ਸਿੱਧੇ ਪੰਜ ਕੁੰਡੇ ਆ, ਇਹਨਾਂ ਵਿੱਚੋਂ ਇੱਕ ਕੁੰਡਾ ਪਹਿਲਾਂ ਆਪਾਂ ਬਣਾਵਾਂਗੇ ਉਲਟਾ ਇਸ ਤਰ੍ਹਾਂ। ਫਿਰ ਆਪਾਂ ਇਹ ਤਿੰਨ ਕੁੰਡਿਆਂ ਦਾ ਕਰਾਂਗੇ ਇੱਕ ਕੁੰਡਾ, ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾ ਤਾ ਉਲਟਾ ਕੁੰਡਾ ਆਪਾਂ, ਫਿਰ ਅਗਲਾ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ।
ਫਿਰ ਇੱਥੇ ਆਪਾਂ ਜਾਲੀ ਬਣਾਵਾਂਗੇ, ਥਰਿੱਡ ਘੁਮਾ ਕੇ ਅੱਗੇ ਲਿਆਂਦਾ। ਤਾਂ ਜਿਹੜੇ ਆਪਣੇ ਇੱਥੇ ਦੋ ਕੁੰਡੇ ਘਟੇ ਆ ਉਹ ਦੋਨੇ ਆਸੇ ਪਾਸਿਆਂ ਦੇ ਜਾਲੀ ਬਣਾਉਣ ਨਾਲ ਪੂਰੇ ਹੋ ਜਾਂਦੇ ਆ। ਇਹੀ ਡਿਜ਼ਾਇਨ ਆਪਾਂ ਅੱਗੇ ਹੁਣ ਰਿਪੀਟ ਕਰਦੇ ਜਾਣਾ। ਦੋ ਕੁੰਡੇ ਆਪਾਂ ਪਹਿਲਾਂ ਉਲਟੇ ਬਣਾਏ, ਥਰਿੱਡ ਘੁਮਾ ਕੇ ਅੱਗੇ ਲਿਆਂਦਾ, ਫਿਰ ਪੰਜਾਂ ਵਿੱਚੋਂ ਇੱਕ ਉਲਟਾ ਬਣਾ ਲਿਆ, ਫਿਰ ਤਿੰਨ ਦਾ ਇੱਕ, ਫਿਰ ਇੱਕ ਉਲਟਾ, ਫਿਰ ਉਸ ਤੋਂ ਬਾਅਦ ਜਾਲੀ। ਜਿਹੜੇ ਆਪਣੇ ਤਿੰਨ ਕੁੰਡਿਆਂ ਦਾ ਆਪਾਂ ਇੱਕ ਕਰਦੇ ਹਾਂ, ਅਤੇ ਜਿਹੜੇ ਆਪਣੇ ਇੱਕ ਪਹਿਲਾਂ ਇਹ ਉਲਟਾ, ਫਿਰ ਤਿੰਨ ਦਾ ਇੱਕ, ਇੱਕ ਇਹ ਉਲਟਾ। ਇਹ ਤਿੰਨ ਕੁੰਡਿਆਂ ਦੇ ਆਸੇ ਪਾਸੇ ਜਾਲੀ ਆਉਣੀ ਚਾਹੀਦੀ ਹੈ। ਜਿਵੇਂ ਅੱਗੇ ਇਸ ਤਰ੍ਹਾਂ ਮੈਂ ਫਿਰ ਦੱਸ ਦਿੰਦੀ ਹਾਂ, ਦੋ ਕੁੰਡੇ ਆਪਣੇ ਉਲਟੇ, ਥਰਿੱਡ ਘੁਮਾ ਕੇ ਅੱਗੇ ਲਿਆਂਦਾ, ਜਾਲੀ ਬਣ ਗਈ। ਇੱਕ ਕੁੰਡਾ ਆਪਾਂ ਬਣਾਵਾਂਗੇ ਉਲਟਾ, ਜਿਹੜੇ ਆਪਣੇ ਪੰਜ ਕੁੰਡੇ ਸਿੱਧੇ ਆ। ਫਿਰ ਆਪਾਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ, ਇਸ ਤਰ੍ਹਾਂ। ਫਿਰ ਇੱਕ ਉਲਟਾ ਕੁੰਡਾ, ਫਿਰ ਜਾਲੀ। ਤਿੰਨ ਕੁੰਡਿਆਂ ਦੇ ਆਸੇ ਪਾਸੇ ਜਾਲੀ ਬਣ ਗਈ, ਤਾਂ ਜਿਹੜੇ ਦੋ ਕੁੰਡੇ ਘਟੇ ਆ ਪੂਰੇ ਹੋ ਗਏ। ਫਿਰ ਦੋ ਕੁੰਡੇ ਉਲਟੇ, ਫਿਰ ਜਾਲੀ ਬਣਾਵਾਂਗੇ, ਥਰਿੱਡ ਘੁਮਾ ਕੇ ਅੱਗੇ ਲਿਆਵਾਂਗੇ। ਇੱਕ ਕੁੰਡਾ ਬਣਾਵਾਂਗੇ ਉਲਟਾ ਪੰਜ ਕੁੰਡਿਆਂ ਵਿੱਚੋਂ, ਫਿਰ ਤਿੰਨ ਕੁੰਡਿਆਂ ਦਾ ਬਣਾਵਾਂਗੇ ਆਪਾਂ ਇੱਕ ਕੁੰਡਾ, ਫਿਰ ਇੱਕ ਕੁੰਡਾ ਉਲਟਾ, ਫਿਰ ਜਾਲੀ ਬਣਾਵਾਂਗੇ। ਇਸ ਤਰ੍ਹਾਂ ਥਰਿੱਡ ਘੁਮਾ ਕੇ ਅੱਗੇ ਲਿਆਵਾਂਗੇ ਤਾਂ ਇੱਕ ਕੁੰਡਾ ਆਪਣਾ ਬਣ ਜਾਂਦਾ ਹੈ। ਫਿਰ ਉਸੇ ਤਰ੍ਹਾਂ ਦੋ ਉਲਟੇ, ਥਰਿੱਡ ਘੁਮਾ ਕੇ ਅੱਗੇ ਲਿਆਂਦਾ, ਇਸ ਤਰ੍ਹਾਂ ਇੱਕ ਕੁੰਡਾ ਉਲਟਾ, ਤਿੰਨ ਕੁੰਡਿਆਂ ਦਾ ਕਰਾਂਗੇ ਇੱਕ ਕੁੰਡਾ, ਇਸ ਤਰ੍ਹਾਂ। ਫਿਰ ਇੱਕ ਉਲਟਾ, ਫਿਰ ਥਰਿੱਡ ਘੁਮਾ ਕੇ ਸਿਲਾਈ 'ਤੇ ਅੱਗੇ ਲਿਆਵਾਂਗੇ, ਇਸ ਤਰ੍ਹਾਂ। ਫਿਰ ਦੋ ਕੁੰਡੇ ਉਲਟੇ, ਇਸੇ ਤਰ੍ਹਾਂ ਪੰਜਵੀਂ ਸਿਲਾਈ ਆਪਾਂ ਕੰਪਲੀਟ ਕਰ ਲੈਣੀ ਹੈ। ਛੇ ਸਲਾਈਆਂ ਦਾ ਡਿਜ਼ਾਇਨ ਆਪਣਾ ਇਹ। ਫਿਰ ਥਰਿੱਡ ਘੁਮਾ ਕੇ ਅੱਗੇ ਲਿਆਂਦਾ, ਦੋ ਉਲਟੇ, ਇਸ ਤਰ੍ਹਾਂ ਥਰਿੱਡ ਘੁਮਾ ਕੇ ਅੱਗੇ ਲਿਆਂਦਾ ਸਿਲਾਈ 'ਤੇ, ਪੰਜਾਂ ਵਿੱਚੋਂ ਇੱਕ ਉਲਟਾ ਬਣਾਤਾ, ਤਿੰਨ ਦਾ ਬਣਾਇਆ ਇੱਕ, ਫਿਰ ਇੱਕ ਉਲਟਾ ਕੁੰਡਾ, ਫਿਰ ਜਾਲੀ। ਹੁਣ ਇਸ ਤੋਂ ਬਾਅਦ ਦਸ ਕੁੰਡੇ ਮੇਰੇ ਬਟਨ ਪੱਟੀ ਵਾਲੇ, ਅਤੇ ਇੱਕ ਕੁੰਡਾ ਜਿਹੜਾ ਇਸ ਤਰ੍ਹਾਂ ਫਲੀ ਬਣਦੀ ਆ ਰਹੀ ਹੈ, ਇਹਨੂੰ ਮੈਂ ਕਰੂੰਗੀ ਹੁਣ। ਤਾਂ ਹੁਣ ਆਪਾਂ ਜਿਹੜੀ ਜਾਲੀ ਇੱਥੇ ਮੇਰੀ ਇਸ ਤਰ੍ਹਾਂ ਬਣਦੀ ਹੈ, ਥਰਿੱਡ ਮੈਂ ਪਿੱਛੇ ਰੱਖੂੰਗੀ, ਇਸ ਤਰ੍ਹਾਂ ਸਿਲਾਈ 'ਤੇ ਘੁਮਾ ਕੇ ਪਿੱਛੇ ਲੈ ਜੂੰਗੀ। ਇਹ ਕੁੰਡਾ ਆਪਣਾ ਇੱਥੇ ਬਣ ਗਿਆ, ਕਿਉਂਕਿ ਇਹ ਕੁੰਡਾ ਆਪਾਂ ਹੁਣ ਸਲਿੱਪ ਕਰਨਾ ਇਸ ਤਰ੍ਹਾਂ। ਤਾਂ ਅਗਲੇ ਜਿਹੜੇ ਦਸ ਕੁੰਡੇ ਆ ਬਟਨ ਪੱਟੀ ਵਾਲੇ ਮੈਂ ਬਣਾ ਲੂੰਗੀ ਇਸ ਤਰ੍ਹਾਂ। ਪੰਜ ਸਲਾਈਆਂ ਆਪਣੇ ਡਿਜ਼ਾਇਨ ਦੀਆਂ ਕੰਪਲੀਟ ਹੋ ਗਈਆਂ। ਛੇ ਸਲਾਈਆਂ ਦਾ ਡਿਜ਼ਾਇਨ, ਛੇ ਸਲਾਈਆਂ ਨੂੰ ਆਪਾਂ ਵਾਰ ਵਾਰ ਰਿਪੀਟ ਕਰਦੇ ਜਾਣਾ ਤਾਂ ਇੱਕ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਇਨ ਬਣਦਾ ਜਾਂਦਾ। ਬਾਕੀ ਜਿਹੜੀ ਮੈਂ ਬਟਨ ਪੱਟੀ ਬਣਾ ਰਹੀ ਹਾਂ, ਜਿਹੜੀ ਇਹਦੀ ਕਿਨਾਰੀ ਹੈ ਬਹੁਤ ਸੋਹਣੀ ਇਸ ਤਰ੍ਹਾਂ ਬਣਾਉਣੀ ਜਦੋਂ ਆਪਾਂ ਆ ਰਹੀ ਹੈ, ਇਹ ਵੀ ਮੈਂ ਤੁਹਾਨੂੰ ਅਲੱਗ ਵੀਡੀਓ 'ਚ ਬਣਾ ਕੇ ਦੱਸਾਂਗੀ। ਬਹੁਤ ਹੀ ਸੌਖੇ ਤਰੀਕੇ ਨਾਲ ਬਟਨ ਪੱਟੀ ਮੈਂ ਬਣਾ ਰਹੀ ਹਾਂ।
ਹੁਣ ਫਿਰ ਆਪਣੇ ਬਟਨ ਪੱਟੀ ਵਾਲੇ ਕੁੰਡੇ ਆ ਗਏ। ਦਸ ਥਰੈਡ ਕਰਾਂਗੇ ਅੱਗੇ। ਇਹ ਜਿਹੜਾ ਉੱਧਰ ਸਲਿੱਪ ਕੀਤਾ ਕੁੰਡਿਆਂ ਨੂੰ ਮੈਂ ਉਲਟਾ ਬਣਾਉਂਗੀ ਇਸ ਤਰ੍ਹਾਂ। ਹੁਣ ਅੱਗੇ ਫਿਰ ਉਸੇ ਤਰ੍ਹਾਂ ਆਪਣੀ ਸਿਲਾਈ ਹੈਗੀ। ਜਿਹੜੇ ਕੁੰਡੇ ਉੱਧਰ ਆਪਣੇ ਸਿ ਪੰਜ ਕੁੰਡੇ ਹੈ, ਇੱਧਰ ਆਪਾਂ ਉਲਟੇ ਬਣਾਉਣੇ ਹੈ। ਦੋ ਜਾਲੀ ਵਾਲੇ ਹੋ ਜਾਂਦੇ, ਤਿੰਨ ਕੁੰਡੇ ਵਿੱਚ ਵਾਲੇ, ਪੰਜ ਉਲਟੇ ਦੋ ਸਿੱਧੇ। ਛੇਵੀਂ ਸਿਲਾਈ ਸਾਰੀ ਇਸੇ ਤਰ੍ਹਾਂ ਕੰਪਲੀਟ ਕਰਾਂਗੇ। ਪੰਜ ਉਲਟੇ ਦੋ ਸਿੱਧੇ। ਇਸ ਤਰ੍ਹਾਂ ਮੈਂ ਛੇਵੀਂ ਸਿਲਾਈ ਸਾਰੀ ਕੰਪਲੀਟ ਕਰਦੀ ਹਾਂ। ਲਓ ਜੀ, ਛੇ ਸਿਲਾਈਆਂ 'ਚ ਆਪਣਾ ਜਿਹੜਾ ਡਿਜ਼ਾਇਨ ਕੰਪਲੀਟ ਹੋ ਜਾਂਦਾ ਇਸ ਤਰ੍ਹਾਂ। ਦੁਬਾਰਾ ਫਿਰ ਉਸੇ ਤਰ੍ਹਾਂ ਆਪਾਂ ਦੋ ਉਲਟੇ ਪੰਜ ਸਿੱਧੇ ਪਹਿਲੀ ਸਿਲਾਈ, ਫਿਰ ਦੂਸਰੀ ਸਿਲਾਈ ਉਲਟ ਪਾਸੇ ਤੋਂ ਦੋ ਸਿੱਧੇ ਪੰਜ ਉਲਟੇ, ਤੀਸਰੀ ਸਿਲਾਈ ਪਹਿਲੀ ਸਿਲਾਈ ਤਰ੍ਹਾਂ ਦੋ ਉਲਟੇ ਪੰਜ ਸਿੱਧੇ, ਚੌਥੀ ਸਿਲਾਈ ਦੂਸਰੀ ਸਿਲਾਈ ਦੀ ਤਰ੍ਹਾਂ ਉਲਟੇ ਪਾਸੇ ਤੋਂ ਦੋ ਸਿੱਧੇ ਪੰਜ ਉਲਟੇ। ਪੰਜਵੀਂ ਸਿਲਾਈ 'ਤੇ ਆਪਾਂ ਫਿਰ ਉਸੇ ਤਰ੍ਹਾਂ ਕਰਨਾ, ਦੋ ਉਲਟੇ ਜਾਲੀ ਬਣਾ ਕੇ ਪੰਜਾਂ ਵਿੱਚੋਂ ਇੱਕ ਉਲਟਾ, ਤਿੰਨ ਦਾ ਇੱਕ, ਫਿਰ ਇੱਕ ਉਲਟਾ, ਫਿਰ ਜਾਲੀ ਇਸ ਤਰ੍ਹਾਂ। ਛੇਵੀਂ ਸਿਲਾਈ ਫਿਰ ਉਸੇ ਤਰ੍ਹਾਂ ਦੋ ਸਿੱਧੇ ਪੰਜ ਉਲਟੇ। ਤਾਂ ਇਹ ਛੇ ਸਿਲਾਈਆਂ ਨੂੰ ਆਪਾਂ ਵਾਰ ਵਾਰ ਰਿਪੀਟ ਕਰਨਾ ਤਾਂ ਆਪਣਾ ਜਿਹੜਾ ਬਹੁਤ ਹੀ ਸੋਹਣਾ ਡਿਜ਼ਾਇਨ ਬਣਦਾ ਜਾਂਦਾ। ਅਤੇ ਚਲੋ ਫਿਰ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਵਿੱਚ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ।